ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਸ਼ਬਦ ਸਿੱਖਾਂਗੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਮੰਦਰ ਸਪਤਕ ਦੇ ਪੰਜਵੇਂ ਕਾਲੇ ਤੋਂ, ਮੇਰੀਆਂ ਭੈਣਾਂ ਦੇ ਸਵਰ ਤੋਂ ਅਤੇ ਛੋਟੇ ਬੱਚਿਆਂ ਦੇ ਸਵਰ ਤੋਂ ਇਸ ਰੀਤ ਨੂੰ ਸਿੱਖਣਾ ਹੈ। ਇਹ ਰੀਤ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਨੇ ਗਾਇਨ ਕੀਤੀ ਹੈ। ਉਹਨਾਂ ਦੀ ਗਾਇਨ ਕੀਤੀ ਰੀਤ ਸਿੱਖਾਂਗੇ। ਕਹਿਰਵੇ ਤਾਲ ਦੇ ਵਿੱਚ ਇਹ ਰੀਤ ਹੈ। ਕਹਿਰਵੇ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਬੰਦ ਕਹਿਰਵਾ ਤਾਲ ਸ਼ੁਰੂ ਵਿੱਚ ਵੱਜੇਗਾ। ਇਸ ਵਿੱਚ ਲੱਗਣ ਵਾਲੇ ਸਵਰ ਸਾਰੇ ਸ਼ੁੱਧ ਸਵਰ ਲੱਗਣੇ ਹਨ। ਪਹਿਲੀ ਸਰਗਮ ਵਾਲੇ ਬਿਲਾਵਲ ਥਾਟ ਦੇ ਸਵਰ ਸਾਰੇ ਸ਼ੁੱਧ ਸਵਰ ਇਸ ਰੀਤ ਦੇ ਵਿੱਚ ਲੱਗਣੇ ਹਨ। ਮੈਂ ਸ਼ੁਰੂ ਵਿੱਚ ਅਸਥਾਈ ਗਾਇਨ ਕਰਕੇ ਦੱਸਾਂਗਾ ਅਤੇ ਉਸਦੀ ਸਰਗਮ, ਉਸ ਤੋਂ ਬਾਅਦ ਅੰਤਰਾ ਗਾਇਨ ਕਰਾਂਗਾ, ਉਸਦੀ ਸਰਗਮ ਅਤੇ ਅੰਤਰੇ ਦੀ ਸਰਗਮ ਉੱਤੇ ਸਾਰੇ ਹੀ ਅੰਤਰੇ ਬਹੁਤ ਹੀ ਸਲੋ ਸਲੋ ਵਜਾ ਕੇ ਦੱਸਾਂਗਾ। ਵੀਰਾਂ ਦੇ ਸਕੇਲ ਤੋਂ ਇਹ ਰੀਤ ਨੂੰ ਅਪਲੋਡ ਕਰ ਦਿੱਤਾ ਗਿਆ ਹੈ। ਨੀਚੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਤੁਸੀਂ ਵੀਰਾਂ ਦੇ ਸਕੇਲ ਤੋਂ ਦੂਸਰੇ ਕਾਲੇ ਤੋਂ ਇਸ ਰੀਤ ਨੂੰ ਸਿੱਖ ਸਕਦੇ ਹੋ। ਪੂਰੀ ਰੀਤ ਤਬਲੇ ਦੇ ਨਾਲ ਵੀ ਮੈਂ ਗਾਇਨ ਕੀਤੀ ਹੈ। ਇੱਥੇ ਤਬਲੇ ਤੋਂ ਬਗੈਰ ਮੈਂ ਗਾਇਨ ਕਰਾਂਗਾ ਅਸਥਾਈ ਅਤੇ ਅੰਤਰਾ। ਅਸਥਾਈ ਸਿੱਖੀਏ ਜੀ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਜਿਨ ਸਿਰਿਆ ਤਿੰਨੇ ਸਵਾਰਿਆ, ਜਿਨ ਸਿਰਿਆ ਤਿੰਨੇ ਸਵਾਰਿਆ, ਜਿਨ ਸਿਰਿਆ ਤਿੰਨੇ ਸਵਾਰਿਆ, ਜਿਨ ਸਿਰਿਆ ਤਿੰਨੇ ਸਵਾਰਿਆ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਇਹ ਅਸਾਈ ਹੁਣ ਇਸਦੀ ਸਰਗਮ ਦੇਖੋ ਜੀ। ਗਾਰੇ ਸਾਨੀ ਪਾਪਾ ਰੇ ਰੇ ਰੇ, ਗਾਰੇ ਗਾਰੇ ਸਾ ਗਾ ਗਾਰੇ ਸਾਨੀ ਧਾਨੀ ਸਾ ਸਾ ਰੇ ਨੀ ਸਾ 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 ਸਾ। ਫਿਰ ਦੇਖੋ। ਗਾਰੇ ਸਾਨੀ ਪਾਪਾ ਰੇ ਰੇ, ਗਾਰੇ ਗਾਰੇ ਸਾ। ਅੱਧੀ ਲੈਨ ਕਰਦੇ ਆਪਣਾ, ਠੀਕ ਹੈ। ਇਹਦੇ ਨੀਚੇ ਸ਼ਬਦ ਦੇਖੋ। ਤਨ ਤਨ ਰਾਮ ਦਾਸ ਗੁਰ। ਫਿਰ ਦੇਖੋ ਧਿਆਨ। ਤਨ ਤਨ ਰਾਮ ਦਾਸ ਗੁਰ। ਧਿਆਨ ਨਾਲ ਦੇਖਣਾ ਹੈ, ਜਿਹੜੀ ਜਿਹੜੀ ਸਰਗਮ ਦੇ ਨੀਚੇ ਜਿਹੜਾ ਜਿਹੜਾ ਸ਼ਬਦ ਦਾ ਬੋਲ ਆ ਰਿਹਾ ਹੈ ਸੇਮ ਤੁਸੀਂ ਉਸ ਤਰ੍ਹਾਂ ਲਗਾਉਣਾ ਹੈ ਤਾਂ ਤੁਹਾਡਾ ਇਹ ਸ਼ਬਦ ਪੂਰਾ ਨਿਕਲ ਜਾਏਗਾ ਜਿਸ ਤਰ੍ਹਾਂ ਮੈਂ ਗਾਇਨ ਕੀਤਾ, ਠੀਕ ਹੈ। ਫਿਰ ਦੇਖੋ। ਤਨ ਤਨ ਰਾਮ ਦਾਸ ਗੁਰ। ਨੈਕਸਟ ਲਾਈਨ। ਜਿਨ ਸਿਰਿਆ ਤਿੰਨੇ ਸਵਾਰਿਆ।
ਵਿੱਚ ਸ਼ਬਦ ਇਹ ਸਰਗਮ ਦੇਖੋ ਉਹਨਾਂ ਦੀ ਗਾ ਗਾ ਰੇ ਸਾ ਨੀ ਧਾ ਨੀ ਸਾ ਸਾ ਰੇ ਨੀ ਸਾ 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 ਫਿਰ ਦੇਖੋ ਧਿਆਨ ਨਾਲ ਗਾ ਗਾ ਰੇ ਸਾ ਨੀ ਧਾ ਨੀ ਸਾ ਸਾ ਰੇ ਨੀ ਸਾ 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 ਸ਼ਬਦ ਦੇ ਬੋਲ ਧਿਆਨ ਨਾਲ ਦੇਖੋ ਜਿਨ ਸਿਰੇ ਆ ਤਿੰਨੇ ਠੀਕ ਹੈ ਜੀ ਪੂਰੀ ਲਾਈਨ ਦੇਖੋ ਤਨ ਤਨ ਰਾਮ ਰਾਮ ਤੋਂ ਬਾਅਦ ਪਾ ਤੋਂ ਸਿੱਧਾ ਰੇਤ ਜਾਣਾ ਰਾਮ ਦਾਸ ਗੁਰ ਜਿਨ ਸਿਰਿਆ ਤਿੰਨੇ ਨੈਕਸਟ ਲਾਈਨ ਜਿਨ ਸਿਰਿਆ ਤਿੰਨੇ ਸਵਾਰਿਆ ਇਹੀ ਬੋਲਣੀ ਹੈ ਠੀਕ ਹੈ ਜਿਨ ਸਿਰਿਆ ਤਿੰਨੇ ਸਵਾਰਿਆ ਜਿਨ ਸਿਰਿਆ ਤਿੰਨੇ ਸਵਾਰਿਆ ਸਰਗਮ ਦੇਖੋ ਪਾ 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 ਮਾ ਇਹ ਮਾਂ ਤੀਬਰ ਹੈ ਠੀਕ ਹੈ ਹਲਕਾ ਟੱਚ ਕਰ ਰਿਹਾ ਬਸ ਪਾ 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 ਮਾ ਪਾ ਧਾ ਪਾ ਧਾ ਪਾ ਮਾ 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 ਪਾ ਮਾ ਗਾ ਰੇ ਸਾ ਰੇ ਰੇ ਗਾ ਸ਼ਬਦ ਦੇ ਬੋਲ ਜਿਨ ਸਿਰਿਆ ਤਿੰਨੇ ਸਾ ਸ ਮਾ ਤੀਬਰ ਤੇ ਸਾ ਵਾ ਰੇ ਆ ਜਿਨ ਸਿਰਿਆ ਤਿੰਨੇ ਸਵਾਰਿਆ ਫਿਰ ਦੇਖੋ ਜਿਨ ਸਿਰਿਆ ਤਿੰਨੇ ਸਵਾਰੇ ਆ ਜਿਨ ਸਿਰਿਆ ਤਿੰਨੇ ਸਵਾਰਿਆ ਫਿਰ ਅਸਥਾਈ ਤਨ ਤਨ ਰਾਮਦਾਸ ਦੀ ਪਹਿਲੀ ਲਾਈਨ ਗੁਰੂ ਠੀਕ ਹੈ ਗੁਰੂ ਜਿਨ ਸਿਰਿਆ ਤਿੰਨੇ ਸਵਾਰਿਆ ਅੰਤਰਾ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਮਾਤ ਆਪ ਸਿਰਜਣਹਾਰੇ ਤਾਰਿਆ ਤਨ ਤਨ ਠੀਕ ਹੈ ਇਹਦੀ ਸਰਗਮ ਦੇਖੋ ਪਾ 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 ਗਾ ਮਾ ਧਾ ਧਾ ਨੀ ਧਾ ਨੀ ਧਾ ਪਾ ਪਾ ਨੀ 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 ਸਾ ਰੇ ਨੀ ਸਾ 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 ਨੀ ਸਾ 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 ਫਿਰ ਦੇਖੋ ਧਿਆਨ ਨਾਲ ਹੁਣ ਇਹ ਸਰਗਮ ਨੂੰ ਧਿਆਨ ਨਾਲ ਦੇਖ ਲਓ ਇਸ ਤੇ ਹੀ ਸਾਰੇ ਅੰਤਰ ਆਣੇ ਹਨ ਪਾ 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 ਮਾ ਮਾ ਤੀਬਰ ਪਾ ਧਾ ਧਾ ਪਾ ਜਿਨ ਸਿਰੇ ਆਤ ਨਹੀਂ ਪਹਿਲਾਂ ਅੰਤਰ ਬੋਲਣਾ ਆਪਾਂ ਤੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰੇ
ਦੇਖੋ ਸਭ ਪਾ 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 ਗਾ ਮਾ ਧਾ 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 ਨੀ ਧਾ ਨੀ ਧਾ ਪਾ ਪਾ ਨੀ 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 ਸਾ ਰੇ ਨੀ ਸਾ 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 ਨੀ ਸਾ 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 ਸ਼ਬਦ ਦੇ ਬੋਲ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਤਾਰਿਆ ਨਾਲੀ ਤਨ ਤਨ ਰਾਮ ਦਾ ਠੀਕ ਹੈ ਦੂਸਰਾ ਅੰਦਰ ਦੇਖੋ ਸੇਮ ਹੀ ਸਰਗਮ ਤੇ ਸਿਰਫ ਸ਼ਬਦ ਦੇ ਬੋਲ ਚੇਂਜ ਹੋਣੇ ਹਨ ਤੁਸੀਂ ਧਿਆਨ ਰੱਖਣਾ ਹੈ ਜਿਹੜਾ ਜਿਹੜਾ ਸ਼ਬਦ ਦਾ ਬੋਲ ਜਿਹੜੀ ਜਿਹੜੀ ਸਰਗਮ ਦੇ ਨੀਚੇ ਆ ਰਿਹਾ ਹੈ ਸੇਮ ਉਸ ਤਰ੍ਹਾਂ ਹੀ ਲਗਾਉਣਾ ਹੈ ਸਿੱਖੀ ਅਤੈ ਸੰਗ ਤੀ ਪਾਰ ਬ੍ਰਹਮ ਕਰ ਨਾਮ ਕਾਰਿਆ ਫਿਰ ਦੇਖੋ ਸਿੱਖੀ ਅਤੈ ਅਤੈ ਤੈ ਨੂੰ ਲਮਕਾਉਣਾ ਹੈ ਤੈ ਗਾਮਾ ਠੀਕ ਹੈ ਤੈ ਫਿਰ ਇੱਥੋਂ ਸ਼ੁਰੂ ਕਰਨਾ ਸੰਗਤੀ ਪਾਰ ਬ੍ਰਹਮ ਕਰ ਨਾਮ ਸਕਾਰਿਆ ਨੈਕਸਟ ਲਾਈਨ ਅੰਤਰੇ ਦੀ ਅਟਲ ਅਥਾ ਹੋ ਅਤੋਲ ਤੂੰ ਤੇਰਾ ਅੰਤ ਨ ਪਾਰਿਆ ਫਿਰ ਦੇਖੋ ਅਟਲ ਅਥਾ ਹੋ ਅਤੋਲ ਤੂੰ ਤੇਰਾ ਅੰਤ ਨ ਪਾਰਿਆ ਫਿਰ ਤਨ ਤਨ ਰਾਮਦਾਸ ਠੀਕ ਹੈ ਅਗਲਾ ਅੰਤਰਾ ਦੇਖੀਏ ਸੇਮ ਸਰਗਮ ਜਿੰਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਸੇ ਤੁਧ ਸੇ ਇੱਥੇ ਕਰਨਾ ਹੈ ਪਾਰ ਦੇ ਫਿਰ ਦੇਖੋ ਧਿਆਨ ਨਾਲ ਜਿੰਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਫਿਰ ਦੇਖੋ ਜਿੰਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਨੈਕਸਟ ਲਾਈਨ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਪਰ ਵਾਰਿਆ ਫਿਰ ਦੇਖੋ ਲਬ ਲੋਭ ਕਾਮ ਕ੍ਰੋਧ ਲੋਭ ਠੀਕ ਹੈ ਫਿਰ ਦੇਖੋ ਲਭ ਲੋਭ ਲੋਭ ਹੈ ਇੱਥੇ ਤੱਕ ਕਾਮ ਕ੍ਰੋਧ ਮੋਹ ਮਾਰ ਕੱਢੇ ਦੇਖੋ ਕੱਢੇ ਪਾਣੀ ਕੱਢੇ ਤੁਧ ਦੇਖੋ ਫਿਰ ਕੱਢੇ ਤੁਧ ਸਪਰ ਸਪਰ ਵਾਰਿਆ ਠੀਕ ਹੈ ਇਸ ਤੋਂ ਬਾਅਦ ਫਿਰ ਤਨ ਤਨ ਰਾਮ ਦਾਸ ਗੁਰ
ਲਾਸਟ ਅੰਤਰ ਦੇਖੋ ਸੇਮ ਸਰਗਮ। ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ। ਫਿਰ ਸੁਣੋ। ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ। ਨੈਕਸਟ ਲਾਈਨ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਫਿਰ ਸੁਣੋ ਦੇਖੋ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਨੈਕਸਟ ਲਾਈਨ ਹੈ ਉਹ ਇੱਥੇ ਬੋਲਣੀ ਹੈ। ਗੁਰ ਡਿੱਠਾ ਤਾ ਮਨ ਸਾਧਾਰਿਆ ਗੁਰ ਡਿੱਠਾ ਤਾ ਮਨ ਸਾਧਾਰਿਆ। ਇਹ ਸਰਗਮ। ਪਾ ਮਾ ਗਾਰੇ ਗਾ ਗਾ ਮਾਰੇ ਗਾਰੇ ਰੇ ਸਾ ਸਾ ਸਾ। ਫਿਰ ਦੇਖੋ। ਪਾ ਮਾ ਗਾਰੇ ਗਾ ਗਾ ਮਾਰੇ ਗਾਰੇ ਰੇ ਸਾ 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 ਸਾ। ਸ਼ਬਦ ਦੇ ਬੋਲ। ਗੁਰ ਡਿੱਠਾ ਤਾ ਮਨ ਸਾਧਾਰਿਆ। ਫਿਰ ਧੰਨ ਧੰਨ ਰਾਮ ਦਾ ਸੁਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਜਿਨ ਸਿਰਿਆ ਤਿੰਨੇ ਸਵਾਰਿਆ ਜਿਨ ਸਿਰਿਆ ਤਿੰਨੇ ਸਵਾਰਿਆ ਜਿਨ ਸਿਰਿਆ ਤਿੰਨੇ ਸਵਾਰਿਆ। ਤਿੰਨ ਵਾਰੀ ਬੋਲ ਕੇ ਸ਼ਬਦ ਦੀ ਸਮਾਪਤੀ ਕਰ ਦੇਣੀ। ਇਹ ਸ਼ਬਦ ਤੁਹਾਡਾ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ। ਅਸਥਾਈ ਅਤੇ ਅੰਤਰੇ ਦੀ ਸਰਗਮ ਅਤੇ ਅੰਤਰੇ ਦੀ ਸਰਗਮ ਉੱਤੇ ਸਾਰੇ ਹੀ ਅੰਤਰੇ ਬਹੁਤ ਹੀ ਸਲੋਅ ਸਲੋਅ ਵਜਾ ਕੇ ਦੱਸ ਦਿੱਤੇ ਗਏ ਹਨ ਤਾਂ ਜੋ ਆਪ ਸਾਰੇ ਛੋਟੇ ਬੱਚਿਆਂ ਨੂੰ ਅਤੇ ਮੇਰੀਆਂ ਭੈਣਾਂ ਨੂੰ ਬਹੁਤ ਸੌਖੇ ਢੰਗ ਨਾਲ ਇਸ ਸ਼ਬਦ ਦੀ ਸਮਝ ਲੱਗ ਸਕੇ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ। ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ ਅਤੇ ਜਿਨ੍ਹਾਂ ਨੇ ਔਨਲਾਈਨ ਕੀਰਤਨ ਕਲਾਸਿਸ ਜੁਆਇਨ ਕਰਨੀ ਹੈ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਗਿਆ ਹੈ। ਫੋਨ ਕਰਕੇ ਵਟਸਐਪ 'ਤੇ ਔਨਲਾਈਨ ਕੀਰਤਨ ਕਲਾਸਿਸ ਵੀ ਤੁਸੀਂ ਘਰ ਬੈਠੇ ਹੀ ਜੁਆਇਨ ਕਰ ਸਕਦੇ ਹੋ ਜਿਸ ਵਿੱਚ ਹੁਣ 200 ਤੋਂ ਵੱਧ ਸਟੂਡੈਂਟ ਆਲਰੇਡੀ ਐਡਮਿਸ਼ਨ ਲੈ ਚੁੱਕੇ ਨੇ। ਘਰ ਬੈਠੇ ਹੀ ਸਾਰੇ ਵਰਲਡ 'ਚੋਂ ਕੀਰਤਨ ਸਿੱਖ ਰਹੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।